ਗੱਲ ਹੈਗੀ ਆ ਕਿ ਮੈਂ ਪੰਜਾਬੀਅਤ ਦੀ ਆਪਣੀ ਛੱਡੀ। ਉੱਦਾਂ ਤਾਂ ਆਪਾਂ ਜੰਮੇ ਪਲੇ ਹਾਂ ਇੰਗਲੈਂਡ ਦੇ ਵਿੱਚ, ਪਰ ਜਿਹੜਾ ਕਿ ਸਾਡੇ ਫਾਦਰ ਸਾਹਿਬ ਨੇ ਬਲਵਿੰਦਰ ਧਾਮੀ ਹੀਰਾ ਗਰੁੱਪ ਤੋਂ ਉਹਨਾਂ ਨੇ ਮੈਨੂੰ ਪੜ੍ਹਨਾ ਸਿਖਾਇਆ, ਤੋਰਨਾ ਸਿਖਾਇਆ, ਪਰ ਇੰਨਾ ਵੀ ਸਿਖਾਇਆ ਆਪਣੀ ਕੌਮ ਸਵਾਲ ਨੇ। ਸੋ ਥੈਂਕ ਯੂ ਸੋ ਮੱਚ। ਹੁਣ ਤੁਹਾਡੀ ਜ਼ਰੂਰਤ ਹੈ ਮੇਰੇ ਨਾਲ ਤੁਸੀਂ ਦੋ ਬੋਲ ਬਣੇ, ਉਹ ਗੋੜੇ ਨਾਲ ਇਸ਼ਕ ਮਿੱਠਾ ਇਹਦੀ ਚੰਗਾ ਯਾਰ ਜਸਵੰਤ ਪਤਾ ਲੱਗੇ ਕਿ ਕਨੇਡਾ ਮੈਨੂੰ ਲੱਗਾ, ਉਹ ਗੋੜੇ ਨਾਲ ਇਸ਼ਕ ਮਿੱਠਾ, ਉਹ ਗੋੜੇ ਨਾਲ ਇਸ਼ਕ ਮਿੱਠਾ,